ਬਹੁਤ ਡਿਕਟੇਟਰ ਬੰਦਾ ਨਿਕਲਿਆ ਸਾਡਾ ਮੁੱਖ ਮੰਤਰੀ ਸਾਹਿਬ, ਲੱਗਦਾ ਨਹੀਂ ਸੀਗਾ ਜਦ ਸਟਾਰਟਿੰਗ 'ਚ ਰਾਜ 'ਤੇ ਆਏ ਸੀਗੇ ਵੀ ਇਹੋ ਜਿਹੇ ਹੋਣਗੇ। ਇਹ ਤਾਂ ਯਾਰ ਦੂਜੇ ਜਿਹੜੇ ਪਹਿਲਾਂ ਵਾਲੇ ਮੁੱਖ ਮੰਤਰੀ, ਉਹਨਾਂ ਨੂੰ 500 ਗੁਣਾ ਮਾੜਾ ਨਿਕਲ ਗਿਆ, ਉਹਨਾਂ ਦੇ ਰਾਜ 'ਚ ਇਹੋ ਜਿਹਾ ਕੁਛ ਤਾਂ ਨਹੀਂ ਹੁੰਦਾ ਸੀਗਾ। ਜੇ ਕੋਈ ਕਮੈਂਟ ਗਲਤ ਕਰਤਾ ਉਹਨੂੰ ਵੀ ਚੱਕ ਲਓ, ਜੇ ਕਿਸੇ ਨੇ ਫੋਟੋ ਗਲਤ ਪਾ ਦਿੱਤੀ ਉਹਨੂੰ ਵੀ ਚੱਕ ਲਓ, ਮੰਨ ਲਓ ਧੱਕੇ ਦੇ ਧੱਕਾ ਧੱਕੇ ਦੇ ਧੱਕਾ। ਜਾਂ ਦਿੱਲੀ ਵਾਲਾ ਮਾਹੌਲ ਜਾਂ ਮਾਰ ਦਿਓ ਕੈਮਰਾ, ਕਿਵੇਂ ਜਵਾਨੀ ਨੂੰ ਇਹਨਾਂ ਨੇ ਅੱਜ ਧੱਕੇ ਨਾਲ ਅੰਦਰ ਸੁੱਟਣ ਦੀ ਕੋਸ਼ਿਸ਼ ਕਰੀ, ਪਰ ਫਿਰ ਵੀ ਪਹੁੰਚੇ। ਕਹਿੰਦੇ ਰਹੇ ਮਾਨ ਸਾਹਿਬ, ਕਹਿੰਦੇ ਤੁਹਾਨੂੰ ਰੈਲੀਆਂ ਤੇ ਆਉਣ ਦੀ ਲੋੜ ਹੀ ਨਹੀਂ, ਐਵੇਂ ਟਾਈਮ ਖਰਾਬ ਕਰਦੇ ਫਿਰਦੇ ਹੋ। ਤੁਹਾਨੂੰ ਨੌਕਰੀ ਮਿਲ ਜਾਊ, ਤੁਸੀਂ ਆਰਾਮ ਨਾਲ ਆਪਦਾ ਸਵੇਰੇ ਜੌਬ ਤੇ ਜਾਇਆ ਕਰੋ, ਸ਼ਾਮ ਨੂੰ ਆਇਆ ਕਰੋ। ਤੇ ਹੁਣ ਸਾਰਿਆਂ ਨੂੰ ਮਹਿੰਗੀਆਂ ਰੈਲੀਆਂ ਹੀ ਮਾਨ ਸਾਹਿਬ ਕਰ ਰਿਹਾ। ਫਿਰ ਹੁਣ ਸੰਗਰੂਰ ਹੀ ਆ ਉਸ ਏਰੀਏ 'ਚ ਖੜੇ ਆ ਜਿੱਥੇ ਕਹਿੰਦਾ ਹੁੰਦਾ ਸੀ ਵੀ ਢੀਂਡਸੇ ਨੂੰ ਪਤੀਲੇ ਵਾਂਗੂ ਮਾਜਤਾ, ਐਂ ਕਰਤਾ ਜਾ ਕਰਤਾ, ਆ ਉਹੀ ਸੰਗਰੂਰ ਆ। ਇਹਨਾਂ ਨੇ ਆਹ ਕਹਾ 10 ਦਿਨ ਹੁਣ 24 ਚ ਵੋਟਾਂ, ਭਾਨਾ ਸਿੱਧੂ ਤੇ ਝੋਟਾ, ਇਹ ਸਿਸਟਮ ਜਦੋਂ ਮੰਨ ਲਓ ਵੀ ਕਰਪਟ ਹੋ ਚੁੱਕਿਆ ਫਿਰ ਹੀ ਉਹ ਪੈਦਾ ਹੋਇਆ। ਭਾਨੇ ਨੂੰ ਕੀ ਲੋੜ ਸੀ ਜੇ ਸਰਕਾਰ ਹੀ ਕੰਮ ਕਰੇ, ਭਾਨਾ ਤਾਂ ਫਿਰ ਕੰਮ ਕਰੂਗੀ ਯਾਰ ਜਦੋਂ ਲੋਕ ਉਹਦੇ ਕੋਲ ਜਾਂਦੇ ਆ ਵਿਚਾਰੇ ਕੋਲ, ਸਾਡਾ ਕੋਈ ਹੱਲ ਕਰੋ ਹਨਾ। ਸਾਡੇ ਨਾਲ ਮੌਜੂਦ ਨੇ ਜਗਦੀਪ ਬਾਈ, ਹੈ ਨਾ ਬਾਈ ਜੀ, ਜਿੱਥੇ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਲੋਕਾਂ ਨੂੰ ਰੋਕਿਆ ਜਾ ਰਿਹਾ, ਉਹਨਾਂ ਦਾ ਲਾਠੀਚਾਰਜ ਕੀਤਾ ਜਾ ਰਿਹਾ ਤੇ ਕੁਛ ਲੋਕ ਹਿਰਾਸਤ ਵਿੱਚ ਵੀ ਲਏ ਗਏ ਨੇ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਾਈ ਬਹੁਤ ਡਿਕਟੇਟਰ ਬੰਦਾ ਨਿਕਲਿਆ ਸਾਡਾ ਮੁੱਖ ਮੰਤਰੀ ਸਾਹਿਬ, ਲੱਗਦਾ ਨਹੀਂ ਸੀਗਾ ਜਦ ਸਟਾਰਟਿੰਗ 'ਚ ਰਾਜ 'ਤੇ ਆਏ ਸੀਗੇ ਵੀ ਇਹੋ ਜਿਹੇ ਹੋਣਗੇ। ਇਹ ਤਾਂ ਯਾਰ ਦੂਜੇ ਜਿਹੜੇ ਪਹਿਲਾਂ ਵਾਲੇ ਮੁੱਖ ਮੰਤਰੀ, ਉਹਨਾਂ ਨੂੰ 500 ਗੁਣਾ ਮਾੜਾ ਨਿਕਲ ਗਿਆ, ਉਹਨਾਂ ਦੇ ਰਾਜ 'ਚ ਇਹੋ ਜਿਹਾ ਕੁਛ ਤਾਂ ਨਹੀਂ ਹੁੰਦਾ ਸੀਗਾ। ਜੇ ਕੋਈ ਕਮੈਂਟ ਗਲਤ ਕਰਤਾ ਉਹਨੂੰ ਵੀ ਚੱਕ ਲਓ, ਜੇ ਕਿਸੇ ਨੇ ਫੋਟੋ ਗਲਤ ਪਾਤੀ ਉਹਨੂੰ ਵੀ ਚੱਕ ਲਓ, ਮੰਨ ਲਓ ਧੱਕੇ ਦੇ ਧੱਕਾ ਧੱਕੇ ਦੇ ਧੱਕਾ। ਇਹ ਬਾਈ ਜੀ ਆਉਣ ਵਾਲੇ ਟਾਈਮ 'ਚ ਪੰਜਾਬ, ਪਹਿਲਾਂ ਪਿੱਛੇ ਤੁਸੀਂ ਇਤਿਹਾਸ ਤੇ ਨਜ਼ਰ ਮਾਰ ਲਓ, ਅੱਜ ਤੱਕ ਇਹਨੇ ਜੁਰਮ ਸਹਿਆ ਨਹੀਂ ਤੇ ਨਾ ਹੀ ਸਹੇ, ਇਹ ਦੁਬਾਰੇ ਦੁਬਾਰੇ ਉੱਠਦੇ ਰਹਿੰਦੇ। ਤੁਸੀਂ ਦੇਖਿਆ ਦਿੱਲੀ, ਤੁਸੀਂ ਅੰਦੋਲਨ ਦੇਖੀ ਹੈ, ਅੱਜ ਆ ਦਿੱਲੀ ਵਾਲਾ ਮਾਹੌਲ ਜਾਂ ਮਾਰ ਦਿਓ ਕੈਮਰਾ, ਕਿਵੇਂ ਜਵਾਨੀ ਨੂੰ ਇਹਨਾਂ ਨੇ ਅੱਜ ਧੱਕੇ ਨਾਲ ਅੰਦਰ ਸੁੱਟਣ ਦੀ ਕੋਸ਼ਿਸ਼ ਕਰੀ, ਪਰ ਫਿਰ ਵੀ ਪਹੁੰਚੇ। ਇਹਨਾਂ ਦੇ ਅੰਦਰ ਚੀਜ਼ ਆ। ਜਿੱਥੇ ਮਾਨ ਸਰਕਾਰ ਕਹਿੰਦੀ ਸੀਗੀ ਕਿ ਇਹ ਸਰਕਾਰ ਤੁਹਾਡੇ ਘਰਾਂ 'ਚੋਂ, ਤੁਹਾਡੇ ਸੱਥਾਂ 'ਚੋਂ, ਹੈ ਨਾ, ਤੁਹਾਡੇ ਪਿੰਡਾਂ ਸ਼ਹਿਰਾਂ 'ਚੋਂ ਚੱਲੂਗੀ, ਉਹ ਚੀਜ਼ ਨੂੰ ਕਿਵੇਂ ਦੇਖਦੇ? ਆ ਸੱਥਾਂ 'ਚੋਂ ਚੱਲ ਰਹੀ, ਅੱਜ ਕੋਠੀ 'ਚ ਵੀ ਨਹੀਂ ਚੱਲ ਰਹੀ, ਉਹਦੇ ਕੋਠੀ 'ਚ ਆਏ ਸੀਗੇ। ਇਹ ਆਹ ਦੇਖ ਲਓ ਤੁਸੀਂ ਕੀ ਹੋ ਰਿਹਾ ਹੈਗਾ। ਇਹ ਤਾਂ ਕਹਿੰਦੇ ਸੀ ਅਸੀਂ ਨੌਕਰੀਆਂ ਦੇਵਾਂਗੇ, ਅਸੀਂ ਤਾਂ ਬੇਰੁਜ਼ਗਾਰੀ ਖਤਮ ਕਰਾਂਗੇ, ਅਸੀਂ ਤਾਂ ਨਸ਼ਾ ਬੰਦ ਕਰ ਦਿਆਂਗੇ, ਅਸੀਂ ਤਾਂ ਬੇਅਦਬੀ ਦਾ ਫੈਸਲਾ 2 ਮਿੰਟਾਂ 'ਚ ਕਰਦਾ ਹੀ ਹੋ ਗਿਆ ਵੀਰੇ। ਇੱਕ ਵੀ ਮੁੱਦਾ ਨਹੀਂ ਇਹਨਾਂ ਨੇ ਸਿਰੇ ਚੜਾਇਆ ਹੈਗਾ। ਬੁਰੀ ਹਾਲਤ ਕਰਤੀ ਪੰਜਾਬ ਦੀ, ਜਿੱਦਣ ਦੇ ਆਏ ਆ ਮੰਨ ਲਓ ਵੀ ਨੌਜਵਾਨਾਂ ਨੂੰ ਫਟਾਫਟ ਜੇਲ੍ਹਾਂ ਪਰਤੀ ਆ, ਹੋਰ ਕੁਛ ਨਹੀਂ ਆ। ਅੱਛਾ ਜੀ, ਜਿੱਥੇ ਬਈ ਇਹ ਕਹਿੰਦੇ ਨੇ ਕਿ ਮਾਨ ਸਰਕਾਰ ਹੈ ਨਾ ਨੌਕਰੀਆਂ ਦੇਊਗੀ ਤੇ ਤੁਹਾਡੇ ਘਰ ਘਰ ਨੌਕਰੀ ਹੋਊਗੀ, ਹਰ ਚੀਜ਼ ਹਰ ਸੁਵਿਧਾ ਤੁਹਾਨੂੰ ਮਿਲੂਗੀ, ਉਹ ਚੀਜ਼ ਨੂੰ ਕਹਿੰਦੇ ਰਹੇ ਮਾਨ ਸਾਹਿਬ, ਕਹਿੰਦੇ ਤੁਹਾਨੂੰ ਰੈਲੀਆਂ ਤੇ ਆਉਣ ਦੀ ਲੋੜ ਹੀ ਨਹੀਂ, ਐਵੇਂ ਟਾਈਮ ਖਰਾਬ ਕਰਦੇ ਫਿਰਦੇ ਹੋ। ਤੁਹਾਨੂੰ ਨੌਕਰੀ ਮਿਲ ਜਾਊ, ਤੁਸੀਂ ਆਰਾਮ ਨਾਲ ਆਪਦਾ ਸਵੇਰੇ ਜੌਬ ਤੇ ਜਾਇਆ ਕਰੋ, ਸ਼ਾਮ ਨੂੰ ਆਇਆ ਕਰੋ। ਤੇ ਹੁਣ ਸਾਰਿਆਂ ਨੂੰ ਮਹਿੰਗੀਆਂ ਰੈਲੀਆਂ ਮਾਨ ਸਾਹਿਬ ਕਰ ਰਹੇ ਆ, ਸਾਰਿਆਂ ਨੂੰ ਵੱਧ ਨੌਜਵਾਨੀ ਸਾਦੀ ਇਹ ਰਹੇ ਆ, ਲੋਕਾਂ ਨੂੰ ਕਹਿ ਦੇ ਲਾਲਚ, ਕਰਨਾ ਕਤਰਨਾ ਕੁਛ ਨਹੀਂ ਵੀਰੇ। ਬੁਰੀ ਹਾਲਤ ਆ ਪੰਜਾਬ ਦੀ ਯਾਰ ਬਾਈ, ਪੰਜਾਬ ਨੇ ਜੇ ਕਾਮਯਾਬ ਹੋਣਾ ਆਪਦੀ ਸਿਆਸਤ ਸਿਰਜਣੀ ਪਊਗੀ ਪੰਜਾਬ ਦੀ, ਕਿਉਂਕਿ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਕਰ ਹੀ ਨਹੀਂ ਸਕਦੀ। ਬਾਈ ਜੀ ਬਦਲਾਅ ਤਾਂ ਜ਼ਿਆਦਾਤਰ ਇਸ ਮਾਲਵੇ ਨੇ ਦਿੱਤਾ, ਹੈ ਨਾ, ਇਸ ਮਾਲਵੇ ਨੇ ਹੁੰਮ ਹੁਮਾ ਕੇ ਵੋਟਾਂ ਪਾਈਆਂ, ਪੂਰਾ ਸਹਿਯੋਗ ਦਿੱਤਾ, ਪੂਰਾ ਬਦਲਾਅ ਦਿੱਤਾ, ਇਸ ਚੀਜ਼ ਨੂੰ ਕਿਵੇਂ ਦੇਖਦੇ? ਹਾਂ ਬਾਈ, ਆ ਫਿਰ ਹੁਣ ਸੰਗਰੂਰ ਹੀ ਆ ਉਸ ਏਰੀਏ 'ਚ ਖੜੇ ਆ ਜਿੱਥੇ ਕਹਿੰਦਾ ਹੁੰਦਾ ਸੀ ਵੀ ਢੀਂਡਸੇ ਨੂੰ ਪਤੀਲੇ ਵਾਂਗੂ ਮਾਜਤਾ, ਐਂ ਕਰਤਾ ਜਾ ਕਰਤਾ, ਆ ਉਹੀ ਸੰਗਰੂਰ ਆ। ਇਹਨਾਂ ਨੇ ਆ ਕਹਾ 10 ਦਿਨ ਹੁਣ 24 'ਚ ਵੋਟਾਂ ਆਉਂਦੀਆਂ ਹੈਗੀਆਂ, ਜਦੋਂ ਯਾਰ ਕੰਮ ਹੀ ਨਹੀਂ ਕੋਈ ਕਰਨਾ। ਇਕੱਲੇ ਯਾਰ ਇਹ ਪੰਜਾਬ ਸੀਰੀਅਸ ਸਟੇਟ ਆ, ਇੱਥੇ ਚੁਟਕਲਿਆਂ ਨਾਲ ਬਾਅਦ 'ਚ ਕੰਮ ਨਹੀਂ ਚੱਲਦਾ। ਨਾਲੇ ਜੇ ਮਾਨ ਸਾਹਿਬ ਨੈੱਟ ਕੰਨੀ ਦੇਖਦੇ ਰਹੇ ਤਾਂ ਫਿਰ ਤਾਂ ਤੁਸੀਂ ਪਬਲਿਕ ਫਿਗਰ ਆ, ਉੱਥੇ ਤੁਹਾਡੇ ਸ਼ਾਮ ਨੂੰ ਹਜ਼ਾਰਾਂ ਵੀਡੀਓ ਚੜ੍ਹਨੀਆਂ ਤੁਹਾਡੇ ਵਿਰੁੱਧ, ਉਹ ਥੋੜ੍ਹਾ ਸਿਸਟਮ ਦੇਖਣਾ ਆਪਾਂ ਪੰਜਾਬ 'ਚ ਲਾਉਣਾ ਗਾ, ਸ਼ਾਂਤਮਈ ਕੰਮ ਰੱਖਣਾ ਗਾ। ਮਾਨ ਸਾਹਿਬ ਨੂੰ ਬੇਨਤੀ ਕਰਦੇ ਵੀ ਹਜੇ ਵੀ ਤੁਹਾਡੇ ਕੋਲ ਮੌਕਾ, ਤੁਸੀਂ ਸੁਧਰ ਜਾਓ, ਨਹੀਂ ਤਾਂ ਫਿਰ
ਪੰਜਾਬ ਬੈਠਾ ਗਿਆ ਵੀ ਅਗਲਾ ਬਦਲਾਅ ਕਰਨ। ਜਿੱਥੇ ਜਿਹੜੇ ਮਾਨ ਸਰਕਾਰ ਦਾ ਪਿੱਛੇ ਜੇ ਬਿਆਨ ਆਉਂਦਾ ਉਹ ਕਹਿੰਦੇ ਨੇ ਕਿ ਕਾਨੂੰਨ ਨੂੰ ਹੱਥ 'ਚ ਨਾ ਲਓ, ਕਾਨੂੰਨ ਬਣਿਆ ਹੋਇਆ ਉਹ ਚੀਜ਼ ਨੂੰ ਕਿਵੇਂ ਕਾਨੂੰਨ ਬਈ ਕੌਣ ਹੱਥ 'ਚ ਲੈ ਰਿਹਾ ਯਾਰ? ਠੀਕ ਹੈ ਜੇ ਕਹਿੰਦੇ ਆ ਮਾਨ ਸਾਹਿਬ ਜਿਵੇਂ ਹਰਿਆਣੇ ਏਜੰਟਾਂ ਵਿਰੁੱਧ ਬਣਾਇਆ ਕਾਨੂੰਨ ਨਵਾਂ, ਉਹ ਬਣਾ ਦੇਣ ਭਾਨਾ ਸਿੱਧੂ ਤੇ ਝੋਟਾ, ਇਹ ਸਿਸਟਮ ਜਦੋਂ ਮੰਨ ਲਓ ਵੀ ਕਰਪਟ ਹੋ ਚੁੱਕਿਆ ਫਿਰ ਹੀ ਉਹ ਪੈਦਾ ਹੋਇਆ। ਭਾਨੇ ਨੂੰ ਕੀ ਲੋੜ ਸੀ ਜੇ ਸਰਕਾਰ ਹੀ ਕੰਮ ਕਰੇ? ਭਾਨਾ ਤਾਂ ਫਿਰ ਕੰਮ ਕਰੂਗੀ ਯਾਰ ਜਦੋਂ ਲੋਕ ਉਹਦੇ ਕੋਲੇ ਜਾਂਦੇ ਆ ਵਿਚਾਰੇ ਕੋਲੇ, ਸਾਡਾ ਕੋਈ ਹੱਲ ਕਰੋ ਹਨਾ। ਤੇ ਬਾਈ ਜਾਂਦੇ ਜਾਂਦੇ ਸਰਕਾਰ ਨੂੰ ਕੀ ਕਹੋਗੇ? ਜਾਂਦੇ ਜਾਂਦੇ ਤਾਂ ਇਹੀ ਆ ਵੀ ਬਾਈ ਭਾਨੇ ਨੂੰ ਰਿਹਾ ਕਰੋ, ਨਹੀਂ ਮੋਰਚਾ ਵੱਡਾ ਲੱਗੂ। ਤੇ ਬਾਈ ਕੋਈ ਗੱਲਬਾਤ ਹੋਈ ਹੈ ਭਾਨੇ ਸਿੱਧੂ ਨਾਲ? 4 ਮੀਟਿੰਗਾਂ ਇਹ ਵੀ ਹੋ ਗਈਆਂ, ਭਾਨੇ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ। ਅੰਦਰੀ ਵਿਚਾਰਾ ਤਾਂ ਜੁਰਮ ਕਰ ਰਹੇ ਆ। ਕੋਈ ਸਰਕਾਰ ਦੇ ਬੰਦੇ ਨਾਲ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਰਹੀਆਂ, 2-3 ਹੋਈਆਂ, ਹਜੇ ਕੋਈ ਹੱਲ ਨਹੀਂ ਨਿਕਲਿਆ। ਤੇ ਜਥੇਬੰਦੀਆਂ ਜੋ ਫੈਸਲਾ ਲੈਣਗੀਆਂ ਉਹ ਅਸੀਂ